ਸੈਸ਼ਨ ਪਹਿਲਾਂ ਫੋਨ 'ਤੇ ਦੇਖਦੇ ਹੋਵੋਗੇ, ਅੱਜ ਜਦੋਂ ਸਾਹਮਣੇ ਵੇਖ ਰਹੇ ਸੀ ਔਰ ਜਦੋਂ ਸੈਸ਼ਨ ਦੇ ਵਿੱਚ ਆਪਸ ਦੇ ਵਿੱਚ ਵਿਰੋਧੀ ਔਰ ਸਰਕਾਰ ਦੇ ਵਿੱਚ ਤਕਰਾਰ ਹੁੰਦੇ ਨੇ ਤਾਂ ਕਿਵੇਂ ਵੇਖਦੇ? ਦੇਖੋ, ਸੈਸ਼ਨ ਲਾਈਵ ਕਰਨ ਦਾ ਫਾਇਦਾ ਇਹ ਹੋਇਆ ਕਿ ਘਰ ਬੈਠੇ ਸਾਰੇ ਲੋਕ ਸੈਸ਼ਨ ਦੇਖ ਪਾ ਰਹੇ ਨੇ। ਯੂਜਲੀ ਮੈਂ ਵੀ ਘਰ ਬੈਠ ਕੇ ਦੇਖਦੀ ਸੀਗੀ, ਅੱਜ ਫਸਟ ਐਕਸਪੀਰੀਅੰਸ ਸੀਗਾ ਕਿ ਆਮਣੋ ਸਾਹਮਣੇ ਜੋ ਵੀ ਵਾਰਤਾਲਾਪ ਹੁੰਦੀ ਉਹ ਦੇਖਣ ਦਾ ਮੌਕਾ ਮਿਲਿਆ ਅਤੇ ਬਹੁਤ ਵਧੀਆ ਸੀਗਾ, ਬਹੁਤ ਕੁਛ ਸਿੱਖਣ ਨੂੰ ਮਿਲ ਰਿਹਾ। ਮੇਰਾ ਫਸਟ ਐਕਸਪੀਰੀਅੰਸ ਸੀ ਸੈਸ਼ਨ ਦੇਖਣ ਦਾ, ਬਹੁਤ ਵਧੀਆ ਲੱਗਿਆ, ਬਹੁਤ ਕੁਛ ਸਿੱਖਣ ਨੂੰ ਮਿਲਿਆ ਜੀ, ਸਭ ਕੁਛ ਮਿਲੂਗਾ ਜੀ। ਅੱਗੇ ਸਾਰੇ ਵਾਅਦੇ ਪੂਰੇ ਹੋ ਰਹੇ ਨੇ, ਇਹ ਵੀ ਹੋਣਗੇ ਜੀ, ਜ਼ਰੂਰ ਹੋਣਗੇ। ਪੰਜਾਬ ਵਿਧਾਨ ਸਭਾ ਦੀ ਕਾਰਵਾਈ ਵੇਖਣ ਦੇ ਲਈ ਅੱਜ ਪੰਜਾਬ ਦੇ ਮੁੱਖ ਮੰਤਰੀ CM ਭਗਵੰਤ ਮਾਨ ਦੇ ਪਤਨੀ ਜੋ ਨੇ ਡਾਕਟਰ ਗੁਰਪ੍ਰੀਤ ਕੌਰ ਜੋ ਨੇ ਉਹ ਖਾਸ ਤੌਰ ਦੇ ਉੱਤੇ ਪਹੁੰਚੇ ਨੇ। ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਜੋ ਸਦਨ ਦੀ ਕਾਰਵਾਈ ਹੈ ਉਹ ਸਮਾਪਤ ਹੋ ਚੁੱਕੀ ਹੈ। ਅੱਜ ਗਵਰਨਰ ਐਡਰੈਸ ਦੇ ਉੱਤੇ ਜੋ ਹੈ ਉਹ ਡਿਸਕਸ਼ਨ ਰੱਖੀ ਗਈ ਸੀ ਔਰ ਹੁਣ ਉਸੀ ਡਿਸਕਸ਼ਨ 'ਤੇ ਜੋ ਹੈ ਅੱਜ CM ਭਗਵੰਤ ਮਾਨ ਉਹਨਾਂ ਦੇ ਵੱਲੋਂ ਜੋ ਹੈ ਉਹ ਖਾਸ ਤੌਰ ਦੇ ਉੱਤੇ ਆਪਣੀ ਗੱਲ ਰੱਖੀ ਗਈ ਹੈ ਔਰ ਉਸ ਤੋਂ ਬਾਅਦ ਹੁਣ CM ਭਗਵੰਤ ਮਾਨ ਦੇ ਜੋ ਪਤਨੀ ਨੇ ਡਾਕਟਰ ਗੁਰਪ੍ਰੀਤ ਕੌਰ ਉਹ ਖਾਸ ਤੌਰ ਦੇ ਉੱਤੇ ਪਹੁੰਚੇ ਨੇ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਵੇਂ ਦੇਖਦੇ ਨੇ? ਮੈਡਮ, ਮੈਂ ਸੈਸ਼ਨ ਦੇਖਿਆ ਪਹਿਲਾਂ, ਤਾਂ ਕਿਵੇਂ ਲੱਗਿਆ ਜੀ ਸੈਸ਼ਨ? ਬਹੁਤ ਵਧੀਆ ਸੀਗਾ ਜੀ, ਮੇਰਾ ਫਸਟ ਐਕਸਪੀਰੀਅੰਸ ਸੀ ਸੈਸ਼ਨ ਦੇਖਣ ਦਾ, ਬਹੁਤ ਵਧੀਆ ਲੱਗਿਆ, ਬਹੁਤ ਕੁਛ ਸਿੱਖਣ ਨੂੰ ਮਿਲਿਆ ਜੀ, ਥੈਂਕ ਯੂ। ਹਾਲਾਂਕਿ ਸੈਸ਼ਨ ਪਹਿਲਾਂ ਫੋਨ 'ਤੇ ਦੇਖਦੇ ਹੋਵੋਗੇ, ਅੱਜ ਜਦੋਂ ਸਾਹਮਣੇ ਵੇਖ ਰਹੇ ਸੀ ਔਰ ਜਦੋਂ ਸੈਸ਼ਨ ਦੇ ਵਿੱਚ ਆਪਸ ਦੇ ਵਿੱਚ ਵਿਰੋਧੀ ਔਰ ਸਰਕਾਰ ਦੇ ਵਿੱਚ ਤਕਰਾਰ ਹੁੰਦੇ ਨੇ ਤਾਂ ਕਿਵੇਂ ਵੇਖਦੇ? ਦੇਖੋ, ਸੈਸ਼ਨ ਲਾਈਵ ਕਰਨ ਦਾ ਫਾਇਦਾ ਇਹ ਹੋਇਆ ਕਿ ਘਰ ਬੈਠੇ ਸਾਰੇ ਲੋਕ ਸੈਸ਼ਨ ਦੇਖ ਪਾ ਰਹੇ ਨੇ। ਯੂਜਲੀ ਮੈਂ ਵੀ ਘਰ ਬੈਠ ਕੇ ਦੇਖਦੀ ਸੀਗੀ, ਅੱਜ ਫਸਟ ਐਕਸਪੀਰੀਅੰਸ ਸੀਗਾ ਕਿ ਆਮਣੋ ਸਾਹਮਣੇ ਜੋ ਵੀ ਵਾਰਤਾਲਾਪ ਹੁੰਦੀ ਉਹ ਦੇਖਣ ਦਾ ਮੌਕਾ ਮਿਲਿਆ ਅਤੇ ਬਹੁਤ ਵਧੀਆ ਸੀਗਾ, ਬਹੁਤ ਕੁਛ ਸਿੱਖਣ ਨੂੰ ਮਿਲ ਰਿਹਾ ਅਤੇ ਮੈਨੂੰ ਲੱਗਦਾ ਕਿ ਇਹ ਲੋਕਾਂ ਨੂੰ ਵੱਧ ਤੋਂ ਵੱਧ ਆ ਕੇ ਦੇਖਣਾ ਚਾਹੀਦਾ ਅਤੇ ਬੱਚਿਆਂ ਨੂੰ ਵੀ ਦਿਖਾਉਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਹੋਰ ਜਾਣ। ਦੇ ਵੱਖ ਵੱਖ ਹਲਕਿਆਂ ਦੇ ਵਿੱਚ ਤੁਸੀਂ ਚੱਲ ਰਹੇ ਹੋ, ਜਾ ਰਹੇ ਹੋ, ਲਾਅ ਐਂਡ ਆਰਡਰ ਦੇ ਉੱਤੇ ਬਹੁਤ ਸਵਾਲ ਖੜੇ ਹੋ ਰਹੇ ਨੇ। ਦੇਖੋ ਜੀ, ਇਹ ਪੋਲੀਟੀਕਲ ਸਵਾਲ ਨੇ, ਤੁਸੀਂ CM ਸਾਹਿਬ ਤੋਂ ਪੁੱਛੋ ਤਾਂ ਜ਼ਿਆਦਾ ਬੈਟਰ। ਮਹਿਲਾ ਦੇ ਤੌਰ 'ਤੇ ਲੱਗਦਾ ਕਿ 1000 ਰੁਪਇਆ ਮਿਲ ਜਾਣਾ ਚਾਹੀਦਾ, ਜਿਹੜਾ 1000 ਕੁਛ ਮਿਲੂਗਾ ਜੀ। ਅੱਗੇ ਸਾਰੇ ਵਾਅਦੇ ਪੂਰੇ ਹੋ ਰਹੇ ਨੇ, ਇਹ ਵੀ ਹੋਣਗੇ ਜੀ, ਜ਼ਰੂਰ ਹੋਣਗੇ, ਥੈਂਕ ਯੂ। ਤਾਂ CM ਭਗਵੰਤ ਮਾਨ ਦੇ ਪਤਨੀ ਜੋ ਡਾਕਟਰ ਗੁਰਪ੍ਰੀਤ ਕੌਰ ਨੇ ਉਹ ਕਹਿ ਰਹੇ ਨੇ ਕਿ 1000 ਰੁਪਇਆ ਜੋ ਮਹਿਲਾਵਾਂ ਨੂੰ ਦੇਣ ਦਾ ਮੁੱਦਾ ਸੀ ਤਾਂ ਉਹ ਕਹਿੰਦੇ ਕਿ ਜਿੱਥੇ ਵਾਅਦੇ ਬਾਕੀ ਪੂਰੇ ਹੋ ਰਹੇ ਨੇ ਤਾਂ ਇਹ ਵੀ ਵਾਅਦਾ ਜਿਹੜਾ ਹੈ ਉਹ ਪੂਰਾ ਕੀਤਾ ਜਾਏਗਾ। ਔਰ ਖਾਸ ਤੌਰ ਦੇ ਉੱਤੇ ਉਹਨਾਂ ਦਾ ਕਹਿਣਾ ਸੀਗਾ ਕਿ ਸੈਸ਼ਨ ਦੇ ਵਿੱਚ ਅੱਜ ਜੋ ਪਹਿਲੀ ਵਾਰ ਐਕਸਪੀਰੀਅੰਸ ਉਹਨਾਂ ਨੇ ਫੇਸ ਕੀਤਾ ਉਸ ਤੋਂ ਬਹੁਤ ਕੁਛ ਚੀਜ਼ਾਂ ਜੋ ਨੇ ਉਹ ਸਿੱਖਣ ਨੂੰ ਮਿਲੀਆਂ। ਹਾਲਾਂਕਿ ਲਾਅ ਐਂਡ ਆਰਡਰ ਦੇ ਉੱਤੇ ਕਹਿ ਰਹੇ ਨੇ ਕਿ ਇਹ CM ਦਾ ਪ੍ਰੋਟੋਕਾਲ ਹੈ, CM ਇਸ ਦੇ ਉੱਤੇ ਬਿਹਤਰ ਜਵਾਬ ਦੇ ਸਕਦੇ ਨੇ। ਕੈਮਰਾ ਪਰਸਨ ਦਵਿੰਦਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ TV। ਪੰਜਾਬ ਵਿਧਾਨ ਸਭਾ ਦੀ ਕਾਰਵਾਈ ਵੇਖਣ ਦੇ ਲਈ ਅੱਜ ਪੰਜਾਬ ਦੇ ਮੁੱਖ ਮੰਤਰੀ CM ਭਗਵੰਤ ਮਾਨ ਦੇ ਪਤਨੀ ਜੋ ਨੇ ਡਾਕਟਰ ਗੁਰਪ੍ਰੀਤ ਕੌਰ ਜੋ ਨੇ ਉਹ ਖਾਸ ਤੌਰ ਦੇ ਉੱਤੇ ਪਹੁੰਚੇ ਨੇ। ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਜੋ ਸਦਨ ਦੀ ਕਾਰਵਾਈ ਹੈ ਉਹ ਸਮਾਪਤ ਹੋ ਚੁੱਕੀ ਹੈ। ਅੱਜ ਗਵਰਨਰ ਐਡਰੈਸ ਦੇ ਉੱਤੇ ਜੋ ਹੈ ਉਹ ਡਿਸਕਸ਼ਨ ਰੱਖੀ ਗਈ ਸੀ ਔਰ ਹੁਣ ਉਸੀ ਡਿਸਕਸ਼ਨ 'ਤੇ ਜੋ ਹੈ ਅੱਜ CM ਭਗਵੰਤ ਮਾਨ ਉਹਨਾਂ ਦੇ ਵੱਲੋਂ ਜੋ ਹੈ ਉਹ ਖਾਸ ਤੌਰ ਦੇ ਉੱਤੇ ਆਪਣੀ ਗੱਲ ਰੱਖੀ ਗਈ ਹੈ ਔਰ ਉਸ ਤੋਂ ਬਾਅਦ ਹੁਣ CM ਭਗਵੰਤ ਮਾਨ ਦੇ ਜੋ ਪਤਨੀ ਨੇ ਡਾਕਟਰ ਗੁਰਪ੍ਰੀਤ ਕੌਰ ਉਹ ਖਾਸ ਤੌਰ ਦੇ ਉੱਤੇ ਪਹੁੰਚੇ ਨੇ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਵੇਂ ਦੇਖਦੇ ਨੇ? ਮੈਡਮ, ਮੈਂ ਸੈਸ਼ਨ ਦੇਖਿਆ ਪਹਿਲਾਂ, ਤਾਂ ਕਿਵੇਂ ਲੱਗਿਆ ਜੀ ਸੈਸ਼ਨ? ਬਹੁਤ ਵਧੀਆ ਸੀਗਾ ਜੀ, ਮੇਰਾ ਫਸਟ ਐਕਸਪੀਰੀਅੰਸ ਸੀ ਸੈਸ਼ਨ ਦੇਖਣ ਦਾ, ਬਹੁਤ ਵਧੀਆ ਲੱਗਿਆ, ਬਹੁਤ ਕੁਛ ਸਿੱਖਣ ਨੂੰ ਮਿਲਿਆ ਜੀ, ਥੈਂਕ ਯੂ। ਹਾਲਾਂਕਿ ਸੈਸ਼ਨ ਪਹਿਲਾਂ ਫੋਨ 'ਤੇ ਦੇਖਦੇ ਹੋਵੋਗੇ, ਅੱਜ ਜਦੋਂ ਸਾਹਮਣੇ ਵੇਖ ਰਹੇ ਸੀ ਔਰ ਜਦੋਂ ਸੈਸ਼ਨ ਦੇ ਵਿੱਚ ਆਪਸ ਦੇ ਵਿੱਚ ਵਿਰੋਧੀ ਔਰ ਸਰਕਾਰ ਦੇ ਵਿੱਚ ਤਕਰਾਰ ਹੁੰਦੇ ਨੇ ਤਾਂ ਕਿਵੇਂ ਵੇਖਦੇ? ਦੇਖੋ, ਸੈਸ਼ਨ ਲਾਈਵ ਕਰਨ ਦਾ ਫਾਇਦਾ ਇਹ ਹੋਇਆ ਕਿ ਘਰ ਬੈਠੇ ਸਾਰੇ ਲੋਕ ਸੈਸ਼ਨ ਦੇਖ ਪਾ ਰਹੇ ਨੇ। ਯੂਜਲੀ ਮੈਂ ਵੀ ਘਰ ਬੈਠ ਕੇ ਦੇਖਦੀ ਸੀਗੀ, ਅੱਜ ਫਸਟ ਐਕਸਪੀਰੀਅੰਸ ਸੀਗਾ ਕਿ ਆਮਣੋ ਸਾਹਮਣੇ ਜੋ ਵੀ ਵਾਰਤਾਲਾਪ ਹੁੰਦੀ ਉਹ ਦੇਖਣ ਦਾ ਮੌਕਾ ਮਿਲਿਆ ਅਤੇ ਬਹੁਤ ਵਧੀਆ ਸੀਗਾ, ਬਹੁਤ ਕੁਛ ਸਿੱਖਣ ਨੂੰ ਮਿਲ ਰਿਹਾ ਅਤੇ ਮੈਨੂੰ ਲੱਗਦਾ ਕਿ ਇਹ ਲੋਕਾਂ ਨੂੰ ਵੱਧ ਤੋਂ ਵੱਧ ਆ ਕੇ ਦੇਖਣਾ ਚਾਹੀਦਾ ਅਤੇ ਬੱਚਿਆਂ ਨੂੰ ਵੀ ਦਿਖਾਉਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਹੋਰ ਜਾਣ। ਦੇ ਵੱਖ ਵੱਖ ਹਲਕਿਆਂ ਦੇ ਵਿੱਚ ਤੁਸੀਂ ਚੱਲ ਰਹੇ ਹੋ, ਜਾ ਰਹੇ ਹੋ, ਲਾਅ ਐਂਡ ਆਰਡਰ ਦੇ ਉੱਤੇ ਬਹੁਤ ਸਵਾਲ ਖੜੇ ਹੋ ਰਹੇ ਨੇ।
ਦੇਖੋ ਜੀ ਇਹ ਪੋਲੀਟੀਕਲ ਸਵਾਲ ਨੇ, ਤੁਸੀਂ ਸੀਐਮ ਸਾਹਿਬ ਤੋਂ ਪੁੱਛੋ ਤਾਂ ਜ਼ਿਆਦਾ ਬੈਟਰ। ਮਹਿਲਾ ਦੇ ਤੌਰ ਤੇ 1000 ਰੁਪਿਆ ਮਿਲ ਜਾਣਾ ਚਾਹੀਦਾ ਜਿਹੜਾ 1000 ਸਭ ਕੁਝ ਮਿਲੂਗਾ ਜੀ, ਅੱਗੇ ਸਾਰੇ ਵਾਅਦੇ ਪੂਰੇ ਹੋ ਰਹੇ ਨੇ, ਇਹ ਵੀ ਹੋਣਗੇ ਜੀ, ਜ਼ਰੂਰ ਹੋਣਗੇ। ਥੈਂਕ ਯੂ। ਤਾਂ ਸੀਐਮ ਭਗਵੰਤ ਮਾਨ ਦੇ ਪਤਨੀ ਜੋ ਡਾਕਟਰ ਗੁਰਪ੍ਰੀਤ ਕੌਰ ਨੇ, ਉਹ ਕਹਿ ਰਹੇ ਨੇ ਕਿ 1000 ਰੁਪਿਆ ਜੋ ਮਹਿਲਾਵਾਂ ਨੂੰ ਦੇਣ ਦਾ ਮੁੱਦਾ ਸੀ ਤਾਂ ਉਹ ਕਹਿੰਦੇ ਕਿ ਜਿੱਥੇ ਵਾਅਦੇ ਬਾਕੀ ਪੂਰੇ ਹੋ ਰਹੇ ਨੇ ਤਾਂ ਇਹ ਵੀ ਵਾਅਦਾ ਜਿਹੜਾ ਹੈ ਉਹ ਪੂਰਾ ਕੀਤਾ ਜਾਏਗਾ। ਔਰ ਖਾਸ ਤੌਰ ਦੇ ਉੱਤੇ ਉਹਨਾਂ ਦਾ ਕਹਿਣਾ ਸੀਗਾ ਕਿ ਸੈਸ਼ਨ ਦੇ ਵਿੱਚ ਅੱਜ ਜੋ ਪਹਿਲੀ ਵਾਰ ਐਕਸਪੀਰੀਅੰਸ ਉਹਨਾਂ ਨੇ ਫੇਸ ਕੀਤਾ ਉਸ ਤੋਂ ਬਹੁਤ ਕੁਛ ਚੀਜ਼ਾਂ ਉਹਨੇ ਉਹ ਸਿੱਖਣ ਨੂੰ ਮਿਲੀਆਂ। ਹਾਲਾਂਕਿ ਲੋਅ ਐਂਡ ਆਰਡਰ ਦੇ ਉੱਤੇ ਕਹਿ ਰਹੇ ਨੇ ਕਿ ਇਹ ਸੀਐਮ ਦਾ ਪ੍ਰੋਟੋਕਾਲ ਹੈ, ਸੀਐਮ ਇਸ ਦੇ ਉੱਤੇ ਬਿਹਤਰ ਜਵਾਬ ਦੇ ਸਕਦੇ ਨੇ। ਕੈਮਰਾ ਪਰਸਨ ਦਵਿੰਦਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ।